ਕੀ ਆ ਜਿਨਾਂ ਹੰਗਣ ਲੋਕੋ ਦੁਨੀਆ ਕੀਆ ਬਸਾਣੇ ਦੁਨੀਆ ਕੀਆ ਚਲਾਣੇ ਕੀ ਆ ਜਿਨਾਂ ਹੰਗਣ ਲੋਕੋ ਦੁਨੀਆ ਕੀਆ ਬਸਾਣੇ ਦੁਨੀਆ ਕੀਆ ਚਲਾਣੇ ਕਰ ਖਾਲੀ ਹੋਈ ਜਾਣੇ ਲੋਕੋ ਹਏ ਕਰ ਖਾਲੀ ਹੋਈ ਜਾਣੇ ਲੋਕੋ ਤੀਆਂ ਇੱਕ ਗੁਲਾਬੇ ਦਾ ਫੁੱਲ ਹਨ ਅਗਰ ਘਰ ਤੀਆਂ ਹੋਣ ਤੇ ਰੌਣਕ ਲੱਗੀ ਦੇ ਘਰ ਹੁੰਦੀ ਹੈ ਤੇ ਕੋਈ ਨਾ ਕੋਈ ਛੋਟਾ ਮੋਟਾ ਕੰਮ ਜਿਹੜੀਆਂ ਉਹ ਕਰੀਏ ਦਿੰਦੀਆਂ ਹਨ ਖੁਸ਼ੀ ਦਾ ਇੱਕ ਮੋਲ ਜਿਹੜਾ ਘਰ ਬਣਦਾ ਕਰੋਂਦਾ ਔਰ ਇਹ ਸਾਰਾ ਕੰਮ 3 ਦੀ ਵਜ੍ਹਾ ਕਰਨੇ ਕੀ ਹੁੰਦਾ ਹੈ ਲੇਕਿਨ ਨਾ ਜਾਣੇ ਕੁਛ ਲੋਗ ਐਸੀ ਮਾਨਸਿਕਤਾ ਦੇ ਆਣਗੇ ਉਹ 3ਆਂ ਦਿਖਣਾ ਨਹੀਂ ਚਾਹਦੇ ਉਹਦਾ ਇੱਕ ਕਾਰਨ ਬੇਸਿਕ ਇਹ ਵੀ ਲੱਗਦਾ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ 3ਆਂ ਜਿਹੜੀਆਂ ਬਦਨਾਮੀਆਂ ਕਰਾਂਦੀਆਂ ਨੇ ਉਹਦੇ ਕੋਲੋਂ ਮੂੜੇ ਠੀਕ ਹੁੰਦੇ ਨੇ ਲੇਕਿਨ ਲੋਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਮੂੜੇ ਜ਼ਿਆਦਾ ਬਦਨਾਮੀਆਂ ਕਰਦੇ ਨੇ ਉਹ ਵੀ ਕਿਸੇ ਦੇ 3 ਪੈਣ ਕਰਨੇ ਕਿ ਜੀ ਗਲਤ ਕਰਕੇ ਲੇਕਿਨ ਇਹਦੇ ਉੱਪਰ ਕਈ ਵਾਰ ਪਹਿਲੇ ਵੀ ਗਾਣੇ ਬਣੇ ਨੇ ਕਈ ਵਾਰ ਫਿਲਮਾਂ ਵੀ ਬਣੀਆਂ ਨੇ ਸ਼ਾਰਟ ਫਿਲਮਾਂ ਵੀ ਬਣੀਆਂ ਲੇਕਿਨ ਇੱਕ ਨਵਾਂ ਗਾਣਾ ਜਿਹੜਾ ਹੈ ਧੀਆਂ ਉੱਪਰ ਤੇ ਬਰੂਨ ਅਤੇ ਉੱਪਰ ਰਿਲੀਜ਼ ਹੋਆ ਕਰਦਾ ਜਿਨੇ ਰਿਲੀਜ਼ ਕੀਤਾ ਉਹ ਸਾਡੇ ਕੰਨੇ ਗਿਆ ਨਾ ਮੈਂ ਇੰਟਰੋਡਕਸ਼ਨ ਤੁਸੀਂ ਕਰਾਈ ਹੋਣਾ ਸਾਡੇ ਕੰਨੇ ਨੇ ਜਤਿੰਦਰ ਜੋਲੀ ਰਾਈਟਰ ਹਨ ਇਸ ਗਾਣੇ ਦੇ ਔਰ ਸਿੰਗਰ ਹਨ ਨਿਰਭਾਇਆ ਸਲਾਥੀਆ ਜੀ ਇਹ ਸਿੰਗਰ ਹਨ ਸਲਾਥੀਆ ਬੰਦੂ ਦੇ ਤੁਸੀਂ ਸਾਰੇ ਜਾਣਦੇ ਕਿ ਹੋਣਾ ਉਗਿਓ ਔਰ ਕਾਫੀ ਪੁਰਾਣੇ ਕਲਾਕਾਰਨ ਮਜ਼ੇਦ ਕਲਾਕਾਰਨ ਇਨੇ ਗਾਣਾ ਗਾਇ ਇੰਦੇ ਕਨੇ ਇਸ ਗਾਲੋ ਉਪਰ ਚਰਚਾ ਕਰਕੇ ਇਸ ਗਾਣੇ ਦੇ ਬਾਰੇ ਔਰ ਕੁਝ ਗਾਣੇ ਵੀ ਇੰਦੇ ਕੋਲ ਸੁਣਗੇ ਆ ਤੁਹਾਡੇ ਦੋਨੇ ਦਾ ਮਾਤਾ ਮਤਾ ਸਵਾਗਤ ਹੈ ਥੋੜਾ ਹੀ ਮਾਤਾ ਮਤਾ ਬਹੁਤ ਬਹੁਤ ਸ਼ੁਕਰੀਆ ਅੱਛਾ ਮੈਂ ਥੋੜਾ ਪਹਿਲੇ ਇਸ ਗਾਣੇ ਦੇ ਬਾਰੇ ਕਿ ਪਹਿਲੇ ਅਸੀਂ ਟੀਜ਼ਰ ਲੋਕਾਂ ਨੂੰ ਸੁਨਾਈ ਹਰ ਚ 10 ਹਰ ਚ ਕਿ ਇਹ ਟੀਜ਼ਰ ਦੇਖੋ ਤੇ ਉਪਰ ਇਸ ਗਾਣੇ ਉਪਰ ਗੱਲ ਕਰਦੇ ਹਾਂ ਇਹ ਗਾਣਾ ਇੱਕ ਬਰੂਨਾ ਤਿਆਪਰ ਤੇ ਇਸੀ ਜੋਲੀਓ ਰੈਂ ਬਹੁਤ ਬਹੁਤ ਹੀ ਅੱਛਾ ਲਿਖਿਆ ਹੋਇਆ ਹੈ ਹਮਮ ਤੇ ਮੈਂ ਇਸੀ ਆਵਾਜ਼ ਦਿੱਤੀ ਦੀ ਹੈ ਤੇ ਮੇਗੀ ਪੂਰੀ ਉਮੀਦ ਹੈ ਤੁਸੀਂ ਜਰੂਰ ਪਸੰਦ ਆਓ ਕਿਉਂਕਿ ਇਹਦੀ ਕੰਪੋਜੀਸ਼ਨ ਬੜੀ ਅੱਛੀ ਹੈ ਹਮਮ ਇਹ ਮੈਂ ਨਹੀਂ ਆਖਣਾ ਇਹ ਕਿ ਮਤਲਬ ਇਹ ਮੈਂ ਧਿਲੋਂ ਬਣਾਈ ਦੀ ਹੈ ਤੇ ਇਹਦਾ ਰਿਜ਼ਲਟ ਤੁਸੀਂ ਦੇਣਾ ਹੈ ਤੇ ਮੀਗੀ ਪਤਾ ਹੈ ਥੋੜਾ ਅਸ਼ੀਰਵਾਦ ਮਿਲਦਾ ਰਹਿੰਦਾ ਹੈ ਤੁਹਾਡੇ ਕਮੈਂਟ ਕਦੇ ਵੀ ਮੈਂ ਉਗਾ ਲੈਣੀ ਆਇਆ ਹਾਂ ਤੁਸੀਂ ਹਮੇਸ਼ਾ ਅਸ਼ੀਰਵਾਦ ਦਿੱਤਾ ਹੈ ਤੇ ਔਰ ਇੰਆ ਕੇ ਦਿੰਦੇ ਰਹਿਣਾ ਅਸ ਵੀ ਇੰਆ ਚੱਲਦੇ ਰੋਗੇ ਜਿੰਨ ਤੱਕ ਥੋੜਾ ਅਸ਼ੀਰਵਾਦ ਨਹੀਂ ਹੋ ਗਕਨੇ ਆ ਚਕੀ ਚੱਲਦੇ ਅਸ਼ੀਰਵਾਦ ਬਿਨਾਂ ਤੇ ਕੰਮ ਹੋਣਾ ਨਹੀਂ ਲੇਕਿਨ ਇਹਦੇ ਥੋੜਾ ਜਿਹਾ ਥੜਾ ਜਿਹਾ ਬੋਲ ਸੁਨਾਈ ਉਹ ਸਰ ਲੋਕ ਆ ਇਹਦੇ ਦੋ ਬੋਲ ਮੈਂ ਸੁਣਾਉਂ ਉਹਦੇ ਪਹਿਲੇ ਮੈਂ ਇਹ ਆਖਾਂ ਕਿ ਜਤਿੰਦਰ ਜੋਲੀ ਹੋ ਰਹੇ ਜਿਹੜਾ ਪ੍ਰੋਡਕਸ਼ਨ ਹੈ ਜੋਲੀ ਪ੍ਰੋਡਕਸ਼ਨ ਤੇ ਇਹਦੇ ਪਰ ਰਿਲੀਜ਼ ਹੋ ਰਹਾ ਹੈ ਅੱਜ 6 ਵੇ ਤੇ ਅਸੀਂ ਤੁਸਾਂ ਦਿਖਣਾ ਸ਼ੇਅਰ ਕਰਨਾ ਕਮੈਂਟ ਕਰਨਾ ਔਰ ਇਸੀ ਇਹਦਾ ਮਿਊਜ਼ਿਕ ਦਿੱਤਾ ਹੈ ਸੁਰਿੰਦਰ ਬਣਾ ਜੀ ਨੇ ਰਵੀ ਹੋਰਾਂ ਦਾ ਵੀਡੀਓ ਬਣਾਇਆ ਦਾ ਤੇ ਜਤਿੰਦਰ ਜੋਲੀਓ ਲਿਖਿਆ ਦਾ ਔਰ ਬੜੇ ਅچھے ਟੰਕ ਕਰਨ ਲਿਖਿਆ ਦਾ ਤੇ ਅਸੀਂ ਜਰੂਰ ਦੇਖਿਓ ਤੇ ਆਪਣਾ ਪਿਆਰ ਸਰ ਦੇਵ ਤੇ ਇਹਦੇ ਦੋ ਬੋਲ ਮੈਂ ਤੁਸਾਂ ਸੁਣਾਣਾ ਹੂੰ ਥੀਆ ਜੇਨੇ ਓਂਗਣ ਲੋਕੋ ਦੁਨੀਆਂ ਕੀਆ ਬਸਾਣੇ ਦੁਨੀਆਂ ਕੀਆ ਚਲਾਣੇ ਥੀਆ ਜੇਨੇ ਓਂਗਣ ਲੋਕੋ ਦੁਨੀਆਂ ਕੀਆ ਬਸਾਣੇ ਦੁਨੀਆਂ ਕੀਆ ਚਲਾਣੇ ਕਰ ਖਾਲੀ ਹੋਈ ਜਾਣੇ ਲੋਕੋ ਹਏ ਕਰ ਖਾਲੀ ਹੋਈ ਜਾਣੇ ਲੋਕੋ ਸੁਣ ਮਸਾਨ ਪਈ ਜਾਣੀ ਕੀਆ ਜੇ ਨਹੀਂ ਉੰਗਲ ਲੋਕੋ ਦੁਨੀਆ ਕੀਆ ਬਸਾਣੀ ਦੁਨੀਆ ਕੀਆ ਚਲਾਣੀ ਤੇ ਮਤਾ ਕੇ ਸੁਣਾ ਤੁਸੀਂ ਗਾਇਆ ਤੇ ਮੈਂ ਦਾਖਣਾ ਕਿ ਜਿਹੜੇ ਬੋਲ ਤੁਸੀਂ ਲਿਖਿਆ ਨਾ ਇਹ ਜੋਲੀ ਹੋ ਰਹੇ ਇਹ ਤੋਂ ਥੋੜਾ ਸੁਣਾਓ ਹਾਂ ਕਿ ਕੀ ਕਨਸੈਪਟ ਆਇਆ ਤੁਹਾਡੇ ਦਿਮਾਗ ਵਿੱਚ ਲੇਕਿਨ ਉਹਦੇ ਕੋਲੋਂ ਪਹਿਲੇ ਮੈਂ ਇੱਕ ਗੱਲ ਇਹ ਲੋਕ ਨੂੰ ਸੁਣਾਇਓੜਾ ਆਪਣੀ ਇੰਦਰੀਆਂ ਉੱਪਰ ਇਹਨੇ ਕੀ ਕੰਟਰੋਲ ਹੈ ਨਹੀਂ ਤੇ ਤੀਆਂ ਪੈਣਾ ਹੀ ਮਾਰਾ ਕਰ ਦੇਣਾ ਆਪਣੀ ਇੰਦਰੀਆਂ ਉੱਪਰ ਕੰਟਰੋਲ ਕਰੋ ਤਾਂ ਕਿ ਤੁਸੀਂ ਇਹ ਸਮਝ ਆਏ ਕਿ ਉਹਦੀ ਅਹਿਮੀਅਤ ਕੀ ਹੈ ਮੈਂ ਠੀਕਾ ਕਹਿ ਰਿਹਾ ਨਾ ਬਿਲਕੁਲ 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 ਸਹੀ ਅੱਛਾ ਇਸ ਗਾਣੇ ਤੋਂ ਤੁਸੀਂ ਲਿਖਿਆ ਤੁਹਾਡੇ ਦਿਮਾਗ ਵਿੱਚ ਕੀ ਕਨਸੈਪਟ ਆਇਆ ਕੋਈ ਘਰ ਐਸੀ ਕੋਈ ਆਸ-ਪਾਸ ਕੋਈ ਐਸੀ ਘਟਨਾ ਤਾਂ ਨਹੀਂ ਹੋਈ ਸਰ ਘਟਨਾ ਤਾਂ ਖੈਰ ਦੇਖੋ ਕਿ ਬੰਦਾ ਐਕਸਪੀਰੀਅੰਸ ਕੋ ਲੱਗ ਸਿੱਖਦਾ ਹੈ ਇਹ ਕਾਫੀ ਆਪਣੀ ਲਾਈਫ ਦਾ ਵੀ ਐਕਸਪੀਰੀਅੰਸ ਕੁਛ ਰਿਹਾ ਤੇ ਕੁਛ ਦੇਖੋ ਅਸ ਅਟੈਚਮੈਂਟ ਮਤਲਬ ਟੀਵੀ ਕਰਨਾ ਹੈ ਮੋਬਾਈਲ ਕਰਨਾ ਹੈ ਅਟੈਚ ਹੈ ਡੇਲੀ ਕੁਛ ਨਾ ਕੁਛ ਦੇਖਦੇ ਰਹੋਨੇ ਆ ਤੇ ਜਿਹੜਾ ਰਾਈਟਰ ਹੁੰਦਾ ਨਾ ਕੋਈ ਪਤਾ ਨਹੀਂ ਹੁੰਦਾ ਕਿਸ ਲਈ ਉਸੇ ਕਿਹੜੀ ਚੀਜ਼ ਉਹਦੇ ਦਿਮਾਗ ਦੀ ਟਕਰੀ ਜਾਣੀ ਹੈ ਇੱਕ ਅਤੇ ਮੇ ਵੀ ਦਿਖਿਆ ਕੁਦਾ ਆਸਾ ਤੇ ਮੇਰੇ ਦਿਮਾਗੇ ਚ ਆਈ ਕਿ ਨਹੀਂ ਇਹ ਜਿਹੜਾ ਟਾਪਿਕ ਬੜਾ ਅੱਛਾ ਹੈ ਇੱਕ ਮੈਸੇਜ ਦੇਣ ਵਾਲਾ ਟਾਪਿਕ ਹੈ ਇਸ ਵਾਸਤੇ ਇਹਦਾ ਪਰ ਲਿਖਣਾ ਬੜਾ ਜ਼ਰੂਰੀ ਹੈ ਇਹਦੇ ਕੋਲ ਪਹਿਲੇ ਵੀ ਕਾਫੀ سارے ਗਾਣੇ ਬਣਨ ਕਾਫੀ ਹਰ ਲੋਕ ਹੈ ਇਹਦੇ ਉੱਪਰ ਪਹਿਲੇ ਵੀ ਮੂਵੀਆਂ ਬਣਾਈਆਂ ਸ਼ਾਰਟ ਮੂਵੀਆਂ ਬਣਾਈਆਂ ਨਵਾਂ ਕੀ ਹੈ ਤੁਸੀਂ ਨਵਾਂ ਕੀ ਲਿਖਿਆ ਇਹਦੇ ਚ ਨਵਾਂ ਸਰ ਦਿਖੋ ਕਿ ਆ ਕੋਈ ਵੀ ਐਸਾ ਟਾਪਿਕ ਨਹੀਂ ਹੁੰਦਾ ਜ ਜਿਹਦੇ ਪਹਿਲੇ ਚੀਜ਼ ਨਹੀਂ ਬਣੀ ਹੁੰਦੀ ਲੇਕਿਨ ਹਰ ਇੱਕ ਰਾਈਟਰ ਜਿਹੜਾ ਹੁੰਦਾ ਨਾ ਉਹਦੀ ਅਲੱਗ ਸੋਚ ਹੁੰਦੀ ਹੈ ਅਲੱਗ ਪੈਟਰਨ ਹੁੰਦਾ ਹੈ ਮੈਂ ਵੀ ਆਪਣੀ ਸੋਚ ਰੱਖੀ ਐ ਸੀ ਕਿਉਂਕਿ ਮੈਂ ਦੇਖਿਆ ਕਿ ਡੋਗਰੀ ਚ ਮੈਨੂੰ ਲੱਗਦਾ ਕਿ ਅਜੇ ਤੱਕ ਇਸ ਟੌਪਿਕ ਉਪਰ ਨਹੀਂ ਆਇਆ ਗਾਣਾ ਇਸ ਵਾਰ ਮੈਂ ਸੋਚਿਆ ਕਿ ਬਾਕੀ ਲੈਂਗੁਏਜ ਤੇ ਆਣਾ ਹਿੰਦੀ ਚ ਕਾਫੀ ਮੂਵੀਆ ਨੇ ਪੰਜਾਬੀ ਚ ਆਣਾਂ ਕਿਉਂ ਨਹੀਂ ਅਸੀਂ ਡੋਗਰੀਸ ਕੀਤਾ ਜਾ ਹਾਲਾਂਕਿ ਇਹਦਾ ਵਰਜਨ ਸਾਡੇ ਕੋਲ ਪੰਜਾਬੀ ਚ ਵੀ ਹੈ ਲੇਕਿਨ ਮੈਂ ਡੋਗਰੀ ਸੀ ਕਿਉਂਕਿ ਡੋਗਰੀ ਸਾਡੀ ਆਪਣੀ ਮਦਰ ਟੰਗ ਹੈ ਸਾਡਾ ਫਰਜ਼ ਬਣਦਾ ਹੈ ਕਿ ਪਹਿਲਾਂ ਡੋਗਰੀ ਬਸਾ ਕੰਮ ਕਰੀਏ ਇਸ ਵਾਰ ਮੈਂ ਸੋਚਿਆ ਕਿ ਡੋਗਰੀ ਕੀਤਾ ਜਾ ਨਹੀਂ ਇਹ ਜਿਹੜੀ ਮੇਰੇ ਲਾਈਨ ਬੋਲੀ ਹੈ ਇੱਕ ਸਪੈਸ਼ਲ ਲੋਕਾਂ ਵਾਸਤੇ ਇੰਦਰੀ ਆਪਣੀ ਇੰਦਰੀਆਂ ਉਪਰ ਕੰਟਰੋਲ ਹੈ ਨੇ ਤੇ ਦੂਏਗੇ ਕੰਟਰੋਲ ਕਰਨੇ ਚਾਹਣ ਇਹ ਮੈਂ ਠੀਕ ਆ ਕਿਆ ਬਿਲਕੁਲ ਸਹੀ ਆਖਿਆ ਸਰ ਕਿਉਂਕਿ ਇਹਦਾ ਸਰ ਦੇਖੋ ਕਿ ਇਹ ਲੈ ਜਿਹੜਾ ਸਮਾਜ ਸਾਡਾ ਨਾ ਨਵੀਂ ਜਨਰੇਸ਼ਨ ਜਿਹੜੀ ਮੋਬਾਈਲ ਕੰਨਾ ਜੁੜੀ ਦੀ ਹੈ ਪਹਿਲੇ ਜਦੋਂ ਸਾਰਾ ਟਾਈਮ ਆ ਉਹ ਲੱਭਦੇ ਹੈ ਕਿ ਟੀਵੀ ਕੰਨਾ ਬੱਚੇ ਖਰਾਬ ਹੋਏ ਨਾ ਅੱਜ ਜਿਹੜੇ ਮੋਬਾਈਲ ਕੰਨਾ ਬੱਚੇ ਖਰਾਬ ਹੋਏ ਟੀਵੀ ਦਾ ਟਾਈਮ ਸਰ ਉਹ ਹਾ ਐਂਟਰਟੇਨਮੈਂਟ ਦਾ ਕੁਛ ਨਾ ਕੁਛ ਸਿੱਖਣੇ ਲੱਭਦਾ ਹ ਲੇਕਿਨ ਮੋਬਾਈਲ 'ਚ ਉਸ ਤੋਂ ਜ਼ਿਆਦਾ ਸਿੱਖਣ ਵਾਲਾ ਹੈ ਲੇਕਿਨ ਨੈਕਟਿਵ ਚੀਜ਼ਾਂ ਵੀ ਉਹਦੇ ਵਿੱਚ ਐਨ ਹੈ ਲੇਕਿਨ ਉਹ ਆਸਾਪੇ ਕਿ ਉਹ ਵਾਈਟ ਕਰ ਸਕਣੇ ਜਾਂ ਬੱਚੇ ਗਾਈਡੈਂਸ ਦੇ ਚ ਹੈ ਕਿ ਭਾਈ ਜਿਹੜੀ ਚੋ ਸਿੱਖਣੀ ਆਲੀ ਉਸੇ ਸਿੱਖੋ ਨਹੀਂ ਧੀਆ ਭੈਣੇ ਕੀ ਛੋਟੇ ਜਾਗ ਤਾਂ ਥੋੜੇ ਮਾ ਉਹਦੇ ਬੜੇ ਖੁਸ਼ ਹੁੰਦੇ ਨੇ ਉਹਨੇ ਤੇ ਬੜਾ ਪਿਆਰ ਮੁਹੱਬਤ ਹੋਆ ਕਰਦਾ ਅੱਜਕੱਲ ਲੇਕਿਨ ਇਹ ਗੱਲ ਹੈ ਬਜ਼ੁਰਗਿਆਂ ਦੀ ਵੱਡੇ ਦੀ ਜਿਹੜੇ ਆਪਣੀ ਧੀਆ ਭੈਣੇ ਕੀ ਜਮਨੇ ਕੋਲੋਂ ਪਹਿਲੇ ਕੇ ਮਾਰਦੇ ਨੇ ਅਖਦੇ ਕਿ ਨਹੀਂ ਕੁੜੀ ਨਹੀਂ ਚਾਹੀਦੀ ਅਸੀਂ ਇਸ ਬਰੂਨ ਅੱਤੇ ਆਦਾ ਨਾਮ ਦਿੱਤਾ ਕੇ ਦਾ ਇਹ ਗਲਤੀ ਜਾਗਤੇ ਨੇ ਤੇ ਨੇ ਦੋਸ਼ ਦੇਣਾ ਦੇ ਸਕਦੇ ਠੀਕ ਨਹੀਂ ਹੋਣੀ ਨਹੀਂ ਐਕਚੁਅਲੀ ਸਰ ਅਕਸਰ ਦੇਖਿਆ ਗਿਆ ਕਿ ਜਿਹੜੀ ਨਾ ਮਤਲਬ ਕੁੜੀ ਜਿਹੜੀ ਭੈਣ ਹੈ ਜਾਂਤੀ ਜਾਂ ਖਿਲਾਓ ਤੁਸੀਂ ਜਾਂ ਮਾਂ ਖਿਲਾਓ ਮੈਂ ਸ਼ਾਇਦ ਜਿਹੜੀ ਲੇਡੀਜ਼ ਜਿਹੜੀ ਲੇਡੀਜ਼ ਦੀ ਦੁਸ਼ਮਣ ਹੁੰਦੀ ਹੈ ਇਹ ਅਕਸਰ ਸਮਾਜ ਜਿਹੜਾ ਚਲਾਦਾ ਨਾ ਇਹ ਅੱਜ ਦੀ ਗੱਲ ਨਹੀਂ ਆਖਾ ਕਿ ਮੈਂ ਨਹੀਂ ਆਖਦਾ ਕੋਈ ਲੇਡੀਜ਼ ਮੈਂ ਬਾਰੇ ਵਿੱਚ ਗਲਤ ਆਖਣਾ ਚਾਹਨਾ ਇੱਕ ਮੈਂ ਸਮਾਜ ਦੀ ਗੱਲ ਕਰਦਾ ਕਿ ਅਗਰ ਇੱਕ ਔਰਤ ਔਰਤ ਕਾਣਾ ਪਿਆਰ ਕਰੋ ਤੇ ਕਤਵੇਂ ਮੈਨੂੰ ਲੱਗਦਾ ਕਿ ਇਹ ਅਹਿਸਾਸੇ ਦਿਖਣੇ ਨਹੀਂ ਲੱਭੋ ਅਗਰ ਔਰਤ ਪੂਰਾ ਸਾਥ ਦੇਗ ਨਾ ਤੇ ਬੰਦਾ ਚਾਹੇ ਉਹ ਪਿਓ ਹੈ ਜਾਂ ਹੈ ਘਰ ਆ ਲਾਇਆ ਜਾਂ ਹੈ ਪਰਾਇਆ ਉਧਰ ਰੋਲ ਬੜਾ ਘਟ ਹੁੰਦਾ ਇਸ ਲਾਈਨ 'ਚ ਪਹਿਲੇ ਲੇਡੀਜ਼ ਦਾ ਰੋਲ ਹੁੰਦਾ ਹੈ ਇਸ ਵਾਸਤੇ ਮੈਂ ਸਾਰੇ ਆ ਗਏ ਪਰ ਹੱਥ ਜੁੜੀ ਬਰਾਜ਼ ਮੈਂ ਕਰਨਾ ਚਾਹਨਾ ਕਿ ਪਲੀਜ਼ ਅਗਰ ਤੁੰਡੀ ਨੂੰ ਆਂਦੀ ਹੈ ਉਸੀ ਆਪਣੀ ਧੀ ਸਮਝੀਏ ਰੱਖੋ ਦੇਖੋ ਅੱਜ ਕੱਲ ਤੇ ਕੁੜਾ ਜਮਾਨਾ ਰਹੀ ਹੈ ਨਾ ਅੱਜ ਕੱਲ ਕੁੜੀਆਂ ਜਿਹੜੀਆਂ ਮੋੜੇ ਕੋਲ ਜ਼ਿਆਦਾ ਵਧੀਆ ਕੰਮ ਕਰਾਈਆਂ ਕੋਈ ਐਸੀ ਫੀਲਡ ਨਹੀਂ ਜਿਹਦੇ ਕੁੜੀਆਂ ਅੱਗੇ ਨੇ ਯਾ ਚਲਾ ਦੀਆਂ ਨੇ ਫਿਲਮ ਇੰਡਸਟਰੀ 'ਚ ਵੀ ਆਇਆ ਨੇ ਡਾਕਟਰ ਵੀ ਹੈ ਨੇ ਸਾਇੰਟਿਸਟ ਵੀ ਹੈ ਨੇ ਤੇ ਫਿਰ ਵਜਾ ਮੈਂ ਕੋਈ ਇਸ ਮਾਇਗਲ ਪੁੱਛਣਾ ਚਾਹਣਾ ਕਿ ਇਹ ਵਜਾ ਹੈ ਕਿ ਤੁਹਤੀ ਇਹ ਮਟਾ ਦਿਓ ਕੋਈ ਵਜਾ ਵੀ ਅਰिजिनल ਪਹਿਲੇ ਤੋਂ ਹੁੰਦੀ ਚਲੋ ਅਨਪੜ ਹੁੰਦੀਆਂ ਹਾਂ ਕੋਈ ਸਦਾ ਉਸ ਟਾਈਮ ਹੀ ਵਜਾ ਹੈ ਸੀ ਤੁਹਾਡੇ ਕੋਲ ਐਸੀ ਮਾਰੀ ਉੜ ਕੇ ਦੂਈ ਬੈ ਲਗੇ ਅੱਜ ਹੀ ਕੁੜੀਆਂ ਕਿਹੜੀ ਫੀਲਡ ਇਸ ਘਟਣਾ ਇਸ ਵਾਸਤੇ ਮੈਂ ਇੱਕ ਮਾਂ ਦੀ ਜਿਹੜੀ ਇੱਕ ਸੱਸ ਬਣਦੀ ਹੈ ਉਸੇ ਮੈਂ ਕੋਈ ਵੀ ਨਹੀਂ ਅੱਖਾਂ ਵਿੱਚ ਇੱਕ ਦੀ ਗੱਲ ਕਰਨਾ ਜਨਰਲ ਜਿਹੜੀ ਸੱਸਾਂ ਨੇ ਉਹ ਅੱਜ ਕੱਲ ਪੜ੍ਹੀ ਲਿਖੀ ਆ ਤੇ ਮੈਂ ਸਾਰੇ ਗੱਥੀ ਹੁਣੀ ਬਿੰਦੀ ਕਰਨਾ ਕਿ ਪਲੀਜ਼ ਅਗਰ ਤੀ ਇਹ ਹੁੰਦੀ ਹੈ ਉਸੇ ਅਸੀਂ ਇਹ ਤੋ ਅਸੈਪਟ ਕਰੋ ਕਿਉਂਕਿ ਉਹ ਕੱਟਣੀ ਹੈ ਅੱਜ ਕੱਲ ਮੁਰੇ ਕੋਲਾ ਜਿਆਦਾ ਅੱਗੇ ਕੰਮ ਕਰਾਈਆਂ ਨਾ ਔਰ ਤੁੰਦੇ ਘਰ ਦੀ ਅੱਗੇ ਬਧਾਂਗਣ ਨਾ ਰੋਸ਼ਨ ਕਰਨ ਇਸ ਵਾਸਤੇ ਇਸ ਕੰਮ ਦੀ ਤੁਸੀਂ ਕਿ ਮਟਾਈ ਸਕਦੇ ਹੋ ਨਾ ਕਿ ਬੰਦਾ ਇਹਦੇ ਵਿੱਚ ਕੁਝ ਕਰ ਸਕਦਾ ਵੀ ਕੁੜੀਆਂ ਵਾਸਤੇ ਵੇਖ ਲੈਣ ਦਾ ਜ਼ਰੂਰ ਹੈ ਜੀ ਤੁਸੀਂ ਆਖਿਆ ਕਿ ਇਹ ਕੁੜੀਆਂ ਕੁੜੀਆਂ ਕੇ ਜਨਨੀਆਂ ਜਨਨੀਆਂ ਕੇ ਇੱਕ ਦੂਏ ਦੀਆਂ ਦੁਸ਼ਮਣ ਹਨ ਇੰਨੇ ਵੀ ਚਾਹੀਦਾ ਕਿ ਇਹ ਵੀ ਆਪਣੀ ਇੰਦਰੀਆਂ ਪਰ ਕੰਟਰੋਲ ਕਰਨ ਨਹੀਂ ਤੇ ਸਮਾਜ ਵਿੱਚ ਲੜਾਈਆਂ ਕੇ ਲਾਉਣੀਆਂ ਤੁਸੀਂ ਘਰ ਬਣਾਣੇ ਬਣਾਉਣਾ ਜ਼ਰੂਰੀ ਹੁੰਦਾ ਤੋੜਨਾ ਨਹੀਂ ਤੋੜਿਓ ਮਰੋੜਿਓ ਫਿਰ ਲੋਕਿਆਖਣਾ ਨਹੀਂ ਹੋਣੀ ਅੱਤੀਆਂ ਚਾਹੀਦੀਆਂ ਕਹਿਣੀਆਂ ਇਹਨਾਂ ਡੜਾਈ ਪਾਣੀਆਂ ਬੇਇੱਜ਼ਤੀ ਕਰਾਣੀਆਂ ਇਹ ਹੋਰ ਵੀ ਕੋਈ ਗਾਣਾ ਕੋਈ ਤੋ ਸੁਣਾਣਾ ਚਾਹਕਿਓ ਔਰ ਇੱਕ ਸਾਡਾ ਪਹਿਲੇ ਰਿਲੀਜ਼ ਹੋਇਆ ਜੰਮੂ ਦੇ ਉੱਪਰ ਹਮ ਜੰਮੂ ਹੈ ਤੇਰਾ ਜੰਮੂ ਹੈ ਮੇਰਾ ਹਮ ਜਦੋਂ ਦੇ ਜੋਲੀ ਹੋ ਰਿਹਾ ਲਿਖਿਆ ਉਹਦਾ ਵੀ ਮਿਊਜ਼ਿਕ ਅਮਨਾ ਸਾਹਿਬ ਨੇ ਕੀਤਾ ਹੈ ਅੱਛਾ ਤੇ ਵੀਡੀਓ ਰਿਵਿਊ ਰਿ ਕੀਤਾ ਹੋ ਰਿਲੀਜ਼ ਹੋਈ ਹੈ ਦਾ ਉਦੇ ਮੈਂ ਤੁਹਾਨੂੰ ਦੋ ਬੋਲ ਸੁਨਾਣਾ ਜਿਹੜੇ ਕਿ ਸਾਡੀ ਜੰਮੂ ਦੀ ਪੂਰੀ ਮਲਾਈ ਮਲਾਈ ਵਿਚ ਇਹਨੇ ਪਰੋਈਦੀ ਐ ਜੋਲੀ ਹੋ ਰੈ ਅੱਛਾ ਉਹਦੇ ਦੋ ਬੋਲ ਤੁਸੀਂ ਸੁਣਾ ਹੂੰ ਜੰਮੂ ਐ ਮੇਰਾ ਜੰਮੂ ਐ ਤੇਰਾ ਇਹ ਦੇ ਕੰਸਾੜੀ ਐ ਸ਼ਾਨ ਜੰਮੂ ਐ ਮੇਰਾ ਜੰਮੂ ਐ ਤੇਰਾ ਇਹ ਦੇ ਕੰਨ ਸਾੜੀ ਐ ਸ਼ਾਨ ਇਹ ਦੇ ਕੰਨ ਅਸਾ ਸਾੜੇ ਕੰਨ ਬਖ ਨੇ ਸਾੜੀ ਪੜੇ ਸ਼ਾਨ ਜੰਮੂ ਐ ਮੇਰਾ ਜਮੂ ਐ ਤੇਰਾ ਇਹ ਦੇਖਣ ਸਾੜੀ ਐ ਸ਼ਾਨ ਇਹ ਕਾਫੀ ਕਮਾਲ ਦੇ ਕਮਾਲ ਦੀਆਂ ਲਾਈਨਾਂ ਲਿਖੀਆਂ ਨੇ ਜੋਲੀ ਸਾਹਿਬ ਨੇ ਇਹ ਇਹ ਕਨਸੈਪਟ ਕਿਥੋਂ ਆਇਆ ਤੁਸੀਂ ਸਰ ਦੇਖੋ ਵੀ ਤੁਸੀਂ ਪਹਿਲੇ ਵੀ ਸੁਣਾਇਆ ਕਿ ਮੇਰੀ ਕੋਸ਼ਿਸ਼ ਇਹ ਹੈ ਕਿ ਐਸਾ ਨਹੀਂ ਹੈ ਕਿ ਮੈਂ ਇੱਕ ਪੈਟਰਨ ਬਣ ਮੈਂ ਸਰ ਬੇਸਿਕਲੀ ਪੰਜਾਬੀ ਚ ਵੀ ਲਿਖਣਾ ਡੋਗਰੀ ਚ ਵੀ ਲਿਖਣਾ ਔਰ ਹਿੰਦੀ ਚ ਵੀ ਲਿਖਣਾ ਤੇ ਇਹ ਹੈ ਕਿ ਗੋਡ ਗਿਫਟਡ ਹੈ ਮੇਰੀ ਕੋਈ ਬਾਦ ਐਨਮੀ ਇਹਦੇ ਸਮਝਦਾ ਅਫਗਾਨ ਜੋ ਚਾਹ ਉਹਦੇ ਉੱਥੇ ਲਿਖਾਉਂਦਾ ਔਰ ਮੈਂ ਉਹਦੇ ਗਈਏ ਮੰਗਣਾ ਕਿ ਮੈਂ ਐਸੀ ਐਸੀ ਚੀਜ਼ਾਂ ਦੇ ਤਾਂ ਕਿ ਮੈਂ ਲਿਖੀਏ ਇਸ ਸਮਾਜ ਤੱਕ ਪਹੁੰਚਾਈ ਸਕਾਂ ਇਹੋ ਚੀਜ਼ ਹੈ ਕਿ ਪਿਆਰ ਉੱਪਰ ਲੱਭ ਉੱਪਰ ਬੜੇ ਸਾੰਗ ਆਂਦੇ ਵੀ ਹਨ ਆਵਾਜ਼ੀ ਉਹ ਮੈਂ ਵੀ ਬੜੇ ਲਿਖੇ ਦਿੰਦੇ ਅਸੀਂ ਗੱਲ ਹੀ ਮੈਂ ਨਹੀਂ ਲਿਖੇ ਦੇ ਲੇਕਿਨ ਮੇਰੀ ਸੋਚ ਇਹ ਹੈ ਕਿ ਕੁਛ ਕੰਮ ਐਸਾ ਕੀਤਾ ਜਾਂ ਥੋੜਾ ਜਿਹਾ ਸਮਾਜ ਤੱਕ ਪੁੱਜੇ ਉਸੇ ਪਾਰਟਿਕੂਲਰ ਲੇਡੀਜ਼ ਵੀ ਦਿਖਣ ਬੱਚੇ ਵੀ ਦਿਖਣ ਬੁੱਢੇ ਵੀ ਦਿਖਣ ਆਰੂ ਮਰਦਾਬ ਜਿਹੜਾ ਬੰਦਾ ਤੁਸੀਂ ਦਿਖਿਆ ਤਾਂ ਕਿ ਉਹ ਦਿਖਿਆ ਕਿ ਕੰਮ ਬਣਿਆ ਤਾਂ ਬਣਿਆ ਕਿਉਂ ਇਹਦੇ ਦਿਖਣੇ ਲਈ ਕੀ ਚੀਜ਼ ਹੈ ਤੁਸੀਂ ਦੋਨੋਂ ਨਹੀਂ ਲੱਗਦਾ ਕਿ ਆਰਟਿਸਟਾਂ ਦੇ ਵੀ ਇੱਕ ਬੜੀ ਜ਼ਿੰਮੇਵਾਰੀ ਹੈ ਕਿ ਉਹ ਜ਼ਿੰਮੇਵਾਰੀ ਕਰਨੇ ਕੰਮ ਕਰਨ ਕਿ ਲੋਗੋ ਨੇ ਵਾਚ ਕਰਦੇ ਨੇ ਔਰ ਉਹਦੇ ਬਾਅਦ ਉਹਦੀ ਅਰਖਤੇ ਉੱਪਰ ਵੀ ਉਹ ਚੱਲਦੇ ਵੀ ਆਣ ਕਿ ਕੁਝ ਲੋਗ ਦੇ ਸਾਡੇ ਤੇ ਸ਼ਾਹਰੂਖ ਖਾਨ ਬਣਿਆ ਫੇਰਾ ਕਰਦੇ ਨੇ ਕੁਝ ਦੇ ਬਦਨ ਨਾ ਜਾਣੇ ਕਿ ਕਿ ਔਰ ਕੁਝ ਦੇ ਇਮਰਾਨ ਹਸ਼ਮੀ ਬਣਦੇ ਨੇ ਮੈਂ ਮੈਂ ਠੀਕ ਹਾਂ ਹਾਂ ਬਿਲਕੁਲ ਇਹ ਪਤਾ ਕਿ ਸੰਗੀਤ ਇੱਕ ਐਸਾ ਐਸੀ ਚੀਜ਼ ਹੈ ਕਿ ਆਤਮਾ ਇਹ ਜਿਹੜੀ ਆਤਮਾ ਹੈ ਪਰਮਾਤਮਾ ਕਨੇ ਮਿਲਾਂਦੀ ਹੈ ਹਮ ਸੰਗੀਤ ਉਹ ਚੀਜ਼ ਹੈ ਸੰਗੀਤ ਇੱਕ ਖੇਡ ਨਹੀਂ ਹੈ ਸੰਗੀਤ ਇੱਕ ਫੀਲ ਹੈ ਠੀਕ ਹੈ ਅੱਜ ਦੇ ਬੱਚੇ ਕਰਾ ਦੇਣ ਆਪਣੇ ਤੰਗ ਕਨੇ ਕਰਾ ਦੇਣ ਆਪਣੇ ਤੰਗ ਕਨੇ ਅੱਛਾ ਕੰਮ ਕਰਾ ਦੇਣ ਔਰ ਇਹ YouTube ਫੇਸਬੁੱਕ ਇਹ ਇਹਦੇ ਕਨੇ ਸਾਨੂੰ ਇੱਕ ਪਲੇਟਫਾਰਮ ਮਿਲਿਆ ਹੈ ਇਹਨੇ ਪੁਸ਼ ਕੀਤਾ ਔਰ ਸਾਡੀ ਡੋਗਰੀ ਦੀ ਇੱਕ ਇਹ ਬੁਲਾਵਾ ਮਿਲਿਆ ਐਸੀ ਗੱਲ ਨਹੀਂ ਹੈ ਤੇ ਮੈਂ ਚਾਹਨਾ ਕਿ ਜੀਆਂ ਨਵੇਂ ਨਵੇਂ ਟੰਗ ਕਨੇ ਨਵੀਆਂ ਕੰਪੋਜ਼ਿਸ਼ਨਾਂ ਨਵੀਂ ਪੋਇਟਰੀ ਅੱਛੀ ਅੱਛੀ ਬੱਚੇ ਕਰਾਦੇ ਨੇ ਕੰਮ ਕਰਾਦੇ ਨੇ ਅੱਜ ਵੀ ਇਹਦੇ ਕਿ ਨਾ ਪੂਰੀ ਸਾੜੀ ਪੂਰੀ ਸਪੋਰਟ ਹੈ ਜੀਆਂ ਆਦੇ ਨੇ ਇੰਜ ਅਸੀਂ ਚੱਲਨੇ ਆ ਅਸੀਂ ਕੰਮ ਕਰਾਣੇ ਆ ਔਰ ਇਸ ਡੋਗਰੀ ਆਸਤਾ ਆਖਰੀ ਸਾਹ ਤੋੜੀ ਕੰਮ ਕਰਦੇ ਰੋਗੇ ਜਿੰਦ ਕਰ ਆਪਣਾ ਸਾਨੂੰ ਸਾਥ ਦਿੱਤਾ ਇੱਕ ਗਾਣਾ ਅਸੀਂ ਤੁਹਾਡੇ ਕੋਲੋਂ ਔਰ ਸੁਣਨਾ ਚਾਹੇ ਮੈਂ ਇੱਕ ਦੋਗਰੀ ਗੀਤ ਸੁਣਾਵਾਂ ਜਿਹੜਾ ਸਾਡਾ ਬੜਾ ਪਪੂਲਰ ਹੈ। ਪਦਮਾ ਸਾਹਿਬ ਦੇ ਹੋਰੇ ਲਿਖਦਾ ਬ੍ਰਿਜਮੂਨ ਦੀ ਕੰਪੋਜੀਸ਼ਨ ਹੈ। ਮੈਂ ਦੋ ਬੋਲ ਤੁਸੀਂ ਕਿਉਂਕਿ ਉਹ ਸਾਡਾ ਬੱਚਾ ਬੱਚਾ ਗੀਤ ਗਾਉਂਦਾ ਹੈ ਤੇ ਮੈਂ ਚਾਹਨਾ ਕਿ ਜੋ ਸਾਡੀ ਅਸ ਜੋ ਲੋਕੀਂ ਦੇਚ ਹੈ ਉਹ ਉਹਦੇ ਮੂੰਹੇ ਪਰ ਨਹੀਂ ਚੜਾ ਤੇ ਸਾਡਾ ਕੋਈ ਮਜ਼ਾ ਨਹੀਂ ਸਾਨੂੰ ਆਪੁੰਮਾਇਆ ਨਹੀਂ ਆਂਦਾ। ਤੇ ਉਹਦੇ ਮੈਂ ਤੁਸੀਂ ਦੋ ਗੀਤ ਸੁਣਾਣਾ ਉਹ ਬੜਾ ਪਪੂਲਰਿਆ ਗੀਤ। ਹੱਸ ਡੋਗ ਰਿਆਂ ਅੱਖ ਨੇ ਆਸ਼ਾਨੇ ਕੰਨੇ ਹੱਸ ਡੋਗ ਰਿਆਂ ਅੱਖ ਨੇ ਆਸ਼ਾਨੇ ਕੰਨੇ ਹੱਸ ਚਿੱਤ ਆ ਨਜੰਗਾ ਕਮਸਾਨੇ ਕੰਨੇ ਹੱਸ ਡੋਗ ਰਿਆਂ ਅੱਖ ਨੇ ਆਸ਼ਾਨੇ ਕੰਨੇ

ਇਕ ਇੱਕ ਅਪੀਲਿੰਦ ਕਰਨਾ ਇਕੋਲਾ ਇਹ ਵੀ ਕਰੋ ਥੋੜਾ ਸਮਝਦਾਰ ਵੀ ਹੋਣ ਹੈ ਲੋਕ ਥੋੜੇ ਜੇ ਕਦੇ ਕਦੇ ਐਸੀ ਅਰਕਤਾਂ ਕਰਦੇ ਨੇ ਜਿਹਦੇ ਕੰਨੇ ਸਾਡਾ ਸਮਾਜ ਬਟੇਦਾ ਨਹੀਂ ਲੱਗਦਾ ਤੁਸੀ ਨਹੀਂ ਐਸੀ ਕੋਈ ਗੱਲ ਨਹੀਂ ਹੈ ਲੋਕ ਸਾਡੇ ਇਕੱਠੇ ਹੁੰਦੇ ਨੇ ਔਰ ਮੈਂ ਚਾਹੁੰਦੀ ਅਸ ਜੋ ਵੀ ਚੀਜ਼ ਬਣਾਚਾ ਹੈ ਚਾਹੇ ਉਹ ਡਰਾਮਾ ਹੈ ਡੋਗਰੀ ਚਾਹੇ ਉਹ ਗੀਤ ਹੈ ਚਾਹੇ ਉਹ ਪਾਖਣ ਤੁਸੀ ਪਿਆਰ ਕਰਨੇ ਸੁਣੋ ਉਸੀ ਕਮੈਂਟ ਕਰੋ ਜੀ ਸ਼ੇਅਰ ਕਰੋ ਤਾਂ ਕਿ ਸਾੜਾ ਜਿਹੜਾ ਪੂਰਾ ਜਿਹੜਾ ਸਾੜਾ ਕਲਚਰ ਹੈ ਉਹ ਅੱਗੇ ਵਧੇ ਤੇ ਇਹਦੇ ਕਨੇ ਸਾਨੂੰ ਵੀ ਖੁਸ਼ੀ ਹੋਇਆ ਅਸੇ ਚਾਣੇ ਚਲੋ ਇਹ ਜਿਹੜਾ ਗਾਣਾ ਹੈ ਉਹਨੇ ਰਿਲੀਜ਼ ਹੋਈ ਗਿਆ ਤੇ ਲੋਕਿੰਗ ਕਿ ਆਖਗੇ ਮੈਂ ਸਾਰਿਆਂਗੇ ਅਪੀਲ ਕਰਨਾ ਕਿ ਗਾਣਾ ਬੜਾ ਮੁਸ਼ਕਲ ਕਰਨੇ ਬਣਦਾ ਹੈ ਤੇ ਬੜੀ ਮੁਸ਼ਕਲ ਕਰਨੇ ਲਗੁੰਦਾ ਹੈ ਆਗਰ ਕੋਈ ਰੂਹਦਾਰੀ ਦੀ ਚੀਜ਼ ਬਣਾਣੀ ਹੈ ਤਾਂ ਉਸੇ ਮਿਹਨਤ ਲੱਗਦੀ ਹੈ ਮੇਰੇ ਮੇਰੇ ਦੋਸਤੋ ਮੇਰੇ ਪਿਆਰਿਓ ਮੇਰੇ ਡੁੱਗਰਵਾਸੀਓ ਸਾਡੇ ਗਾਣੇ ਤੁਸੀਂ ਸੁਣੋ ਇਨੇ ਇਨੇ ਦੀ ਸਰਾਵ ਇਨੇ ਦੀ ਕਮੈਂਟ ਕਰੋ ਸ਼ੇਅਰ ਕਰੋ ਆਜ ਦਾ ਦੌਰ ਹੈ ਕਮੈਂਟ ਸ਼ੇਅਰ ਦਾ ਸਬਸਕ੍ਰਾਈਬ ਦਾ ਤੇ ਇਹ ਕਰੋ ਤਾਂ ਕਿ ਅਸੀਂ ਪੋਛ ਮਿਲ ਜਲਾ ਅਸੀਂ ਪੋਛ ਮਿਲ ਤੇ ਅਸ ਪੂਰੀ ਕੰਟਰੀ ਦੀ ਦੱਸ ਕੇ ਕਿ ਸਾਡੀ ਡੋਗਰੀ ਦਾ ਰਿਜ਼ਲਟ ਕੀ ਹੈ ਔਰ ਡੋਗਰੀ ਦੀ ਮਿਠਾਸ ਕੀ ਹੈ ਡੋਗਰੀ ਦਾ ਰਸ ਕੀ ਹੈ ਉਹ ਪੂਰਾ ਲਈ ਹੈ ਅੱਜ ਪੂਰੀ ਦੁਨੀਆ 'ਚ ਖੁਸ਼ਬੂ ਫਲਾਗੇ ਉਹਦੇ ਬਿਲਕੁਲ ਲੇਕਿਨ ਇਹ ਬੇਇਮਾਨੀ ਨਹੀਂ ਹੋਕ ਤੇ ਰਾਈਟਰ ਸਾਹਿਬ ਕੋਲ ਨਹੀਂ ਅਗਰ ਕੁਝ ਦੋ ਚਾਰ ਗੱਲਾਂ ਲਾਸਟ ਵਿੱਚ ਲੋਕਾਂ ਕੋਲ ਅਰਜ਼ੀਆਂ ਕਰਾਈਆਂ ਗਈਆਂ ਤਾਂ ਕਿਉਂ ਨਹੀਂ ਸਰ ਕੋਈ ਅਰਜ਼ ਅਰਜ਼ ਕਰੋ ਸਰ ਅਰਜ਼ ਮੇਰੀ ਇਹ ਹੈ ਕਿ ਮੈਂ ਆਖਣਾ ਚਾਹਨਾ ਕਿ ਜਿਹੜਾ ਇਹ ਟੋਪਿਕ ਲਿਖਿਆ ਹੈ ਹਮਮ ਤੇ ਖਾਲੀ ਮੇਰੇ ਲਿਖਣੇ ਦਾ ਕੁਝ ਨਹੀਂ ਹੋਣਾ ਇਹ ਇਸ ਵਾਸਤੇ ਲਿਖਿਆ ਤਾਂਕਿ ਜਿਹੜੀਆਂ ਸਾਡੀਆਂ ਧੀਆਂ ਪੜਨਾ ਸੁਣਾਈਆਂ ਯਾ ਮਾਵਾ ਸੁਣਾਈਆਂ ਜਾਂ ਜੱਸਾ ਸੱਸਾਂ ਸੁਣਾਈਆਂ ਨਾ ਉਹ ਇਸ ਗਾਣੇ ਦੇਖੋ ਔਰ ਧਿਆਨ ਲਾਈਏ ਸੁਣੋ ਔਰ ਫਿਰ ਉਹਦੇ ਬਾਅਦ ਸੋਚੋ ਕਿ ਇਹਦੇ ਲਿਖੇ ਦਾ ਕੀ ਹੈ ਉਹਦਾ ਪਰ ਅਮਲ ਕਰੋ ਤਾਂ ਫਾਇਦਾ ਹੋਣਾ ਸਾਡਾ ਇਹ ਗਾਣਾ ਲਿਖਣ ਦਾ ਤੇ ਅੱਜ ਕਰ ਸਾਰੇ ਸਮਝਦਾਰ ਆਨਸਤੇ ਕੋਈ ਸਮਝਾਈ ਨਹੀਂ ਸਕਦੇ ਸਾਡਾ ਕੰਮ ਹਾਲ ਲਿਖਣਾ ਸਮਾਜਿਕ ਕਰਪ ਜਾਣਾ ਅੱਗੇ ਉਹਨੂੰ ਕੁਝ ਜਿਹਾ ਨਿਰਭੈ ਉਹਨੇ ਆਖਿਆ ਕਿ ਇਹਦਾ ਰਿਜ਼ਲਟ ਕੱਢਣਾ ਸਮਾਜ ਨੇ ਸਾਡੀ ਧੀਏ ਪੈਣੇ ਜਾਂ ਜੁਨੇ ਵੀ ਦੇਖਣਾ ਉਹ ਇਸੀ ਲਾਗੂ ਕਰਗਣ ਸਮਾਜ ਇੰਪਲੀਮੈਂਟ ਕਰਗਣ ਤੇ ਕੁਝ ਸਿੱਖਗਣ ਤੇ ਸਾਡਾ ਹੀ ਫਰਜ਼ ਹੈ ਕਿ ਚਲੋ ਮੈਸੇਜ ਹੁੰਦੇ ਤੇ ਕਰ ਜਾ ਉਨੇ ਤੁਸੀਂ ਦੱਸਣਾ ਕਿ ਆਹ ਗਲਤ ਕੀਤਾ ਜਾਂ ਸਹੀ ਕੀਤਾ ਤੇ ਬਸ ਇਹ ਆਖਣਾ ਚਾਹਨਾ ਕਿ ਪਿਆਰ ਕਿੰਨਾ ਰੋਬੋ ਸੱਸ ਮਾਂ ਦੀ ਜਿਹੜੀ ਉਹ ਫਰਜ਼ ਬਣਦਾ ਕਿ ਨੂੰ ਜਿਹੜੀ ਉਸੀ ਮਾਂ ਤੀ ਸਮਝੇ ਤੇ ਜਿਹੜੀ ਨੂੰ ਉਹਦਾ ਫਰਜ਼ ਬਣਦਾ ਉਸੀ ਮਾਂ ਸਮਝਾ ਤਾਇਆ ਕਾਰ ਚੱਲੇ ਨੇ ਔਰ ਅਗਰ ਪਿਆਰ ਵਿੱਚ ਰੋਣ ਤਾਂ ਮੈਨੂੰ ਲੱਗਦਾ ਐਸੀ ਨੂੰ ਬਤਾਣੀ ਲੱਗੀ ਕਿ ਇਹ ਲੇ ਕੇ ਸਾਡੇ ਸਮਾਜ ਹੋਊਗਾ ਨਾ ਪਿਆਰ ਜ਼ਰੂਰੀ ਹੈ ਘਰੇ ਪਿਆਰ ਇੰਦਰੀਆਂ ਉੱਪਰ ਕੰਟਰੋਲ ਵੀ ਜ਼ਰੂਰੀ ਹੈ ਲੇਕਿਨ ਜੋਲੀ ਪ੍ਰੋਡਕਸ਼ਨ ਉੱਪਰ ਇਹ ਗਾਣਾ ਰਿਲੀਜ਼ ਹੋਣੇ ਵਾਲਾ ਹੈ ਧੀਆਂ ਬਰੂਨ ਅਤੇ ਉੱਪਰ ਇਹ ਗਾਣਾ ਬਣਾਇਆ ਗਿਆ ਹੈ ਔਰ ਜ਼ਰੂਰ ਇਸੇ ਅਸ ਵੀ ਅੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਔਰ ਸਿੱਖੋ ਵੀ ਖਾਲੀ ਸੁਣੋ ਨਹੀਂ ਮਜ਼ੇ ਮਤ ਲਓ ਸਿੱਖੋ ਵੀ ਕਿ ਕੀ ਆਖਿਆ ਗਿਆ ਹੈ ਕੀ ਬੋਲੀ ਗਿਆ ਕੀ ਬੋਲਿਆ ਗਿਆ ਹੈ ਔਰ ਕੀ ਇਸੀ ਗੀ ਲਿਖਿਆ ਗਿਆ ਹੈ ਤੇ ਪਿੱਛੇ ਦਾ ਉਦੇਸ਼ ਕੀ ਹੈ ਇਸ ਗੱਲ ਕੀ ਅਗਰ ਅਸ ਲੋਕ ਸਮਝਣਾ ਸ਼ੁਰੂ ਕਰਗੇ ਅਸ ਲੋਗ ਇਹ ਗੱਲ ਸਮਝ ਗਏ ਕਿ ਉਹਨਾਂ ਦੀ ਕੀ ਅਹਿਮੀਅਤ ਹੈ ਔਰ ਇਹ ਜਿਹੜੀ ਛੋਟੀ ਮੋਟੀਆਂ ਗਲਤੀਆਂ ਹਨ ਉਹ ਕੀ ਹੋਆ ਕਰਦੀਆਂ ਨੂੰ ਸਸ ਠੀਕ ਕਰੀਏ ਆਪਣੇ ਸਮਾਜ ਸਥਿਰ ਕਰ ਸਕਨੇ ਆ ਅਸੀਂ ਖੁਸ਼ੀ ਕਰਨੇ ਰਹਿ ਸਕਨੇ ਆ ਬਾਕੀ ਤੁਸੀਂ ਦੇਖ ਰਹੇ ਹੋ ਦੈਨਿਕ ਸਟ ਸਮਾਚਾਰ ਮੇਗੀ ਤੇ ਮੇਰੇ ਕੈਮਰਾਮੈਨ ਅਰुण ਡੋਗਰਾ ਕੀ ਦਿਵਸਾਦ ਨਮਸਕਾਰ